ਪਤਾ ਨਹੀਂ ਲੱਗਦਾ ਅੱਜ ਕੱਲ੍ਹ ਲੋਕਾਂ ਦਾ, ਟੂ ਮੱਚ ਓਪਰਚੁਨਿਸਟ ਲੋਕ ਹੋ ਗਏ ਨੇ। ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਹੈ, ਮੈਂ ਕੀ ਲੈਣਾ। ਹੁਣ ਚੱਬੇ ਸਾਹਿਬਵਾਲ ਸਾਹਿਬ ਨੂੰ 3 ਵਾਰੀ ਕਾਂਗਰਸ ਪਾਰਟੀ ਦਾ ਅਸੀਂ ਕੈਂਡੀਡੇਟ ਬਣਾ ਕੇ MLA ਬਣਾਇਆ, ਫਿਰ ਉਹਨਾਂ ਨੂੰ ਅਸੀਂ SC ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ, ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ। ਹੁਣ ਇਸ ਵਾਰੀ ਫਿਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ। ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ, ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟਡ ਕੈਂਡੀਡੇਟਸ ਹੈਗੇ ਨੇ, ਹੋਰ ਵੀ ਚੰਗੇ ਕੋਈ MP ਦਾ ਕੈਂਡੀਡੇਟ ਹੋ ਸਕਦਾ। ਹੁਣ ਇਹ ਤਾਂ ਨਹੀਂ ਹੈ ਕਿ ਵੀ ਚੱਬੇਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਈਏ, ਲੇਕਿਨ ਜਿਸ ਪ੍ਰਕਾਰ ਉਹ ਗਏ ਹੈ, ਮੈਂ ਸਮਝਦਾ ਕਿ ਤੁਹਾਡਾ ਯਕੀਨ ਉੱਠ ਜਾਂਦਾ ਕਿਸੇ ਵੀ ਵਿਅਕਤੀ ਤੋਂ। ਕਾਂਗਰਸ ਪਾਰਟੀ ਤੋਂ, ਇਸ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਹੈ? ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ, ਵਿਧਾਨ ਸਭਾ 'ਚ ਤੁਸੀਂ ਡਿਪਟੀ ਲੀਡਰ ਹੋ, ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ, ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ, ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਹਰਾਸੇ, ਅੱਜ ਗਲਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ। ਮੈਂ ਸਮਝਦਾ ਕਿ ਕਹਿਣਾ ਨਹੀਂ ਚਾਹੀਦਾ, ਮਾਫ਼ੀ ਚਾਹੁੰਦਾ ਕਿ ਲੋਕਾਂ ਨੇ ਸ਼ਰਮ ਤਾਂ ਬਿਲਕੁਲ ਲਾ ਹੀ ਦਿੱਤੀ ਹੈ, ਕਿਵੇਂ ਫੇਸ ਕਰੋਗੇ? ਕੋਈ ਵਿਅਕਤੀ ਅਗਰ ਕੱਲ੍ਹ ਨੂੰ ਮੇਰੇ ਨਾਲ ਕੱਲ੍ਹ ਗੱਲ ਕੀਤੀ ਹੈ ਚੱਬੇਵਾਲ ਸਾਹਿਬ ਨੇ, ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ? ਮੈਂ ਜਨਤਾ ਵਿੱਚ ਕਿਵੇਂ ਜਾਵਾਂਗਾ? ਲੋਕ ਕਹਿਣਗੇ ਯਾਰ ਐਡੇ ਬੇਯਕੀਨੇ ਬੰਦੇ ਹੈ। ਇਸੇ ਕਰਕੇ ਹੌਲੀ ਹੌਲੀ ਰਿਨੀ ਜੀ ਲੋਕਾਂ ਦਾ ਜਿਹੜਾ ਅਖਬਾਰ ਹੈ ਉਹ ਪੋਲੀਟੀਸ਼ੀਅਨਸ ਤੋਂ ਦੂਰ ਹੁੰਦਾ ਜਾ ਰਿਹਾ, ਕਿਉਂਕਿ ਉਹਨੂੰ ਲੱਗਦਾ ਕਿ ਇਹ ਪੋਲੀਟੀਸ਼ੀਅਨ ਜਿਹੜੇ ਬਹੁਤ ਝੂਠੇ ਹੈ, ਕੱਲ੍ਹ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ, ਕੱਲ੍ਹ ਨੂੰ ਕੀ ਕਰ ਲੈਣਗੇ, ਇਹਨਾਂ ਦਾ ਕੋਈ ਅਖਬਾਰ ਨਹੀਂ। ਸੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਆ ਉਹ ਦਿਨ ਬ ਦਿਨ ਗਿਰਦਾ ਜਾ ਰਿਹਾ। ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਗਿਰਿਆ ਨਹੀਂ। ਰਾਜਨੀਤਿਕ ਲੋਕਾਂ ਨੂੰ ਲੋਕ ਰੱਬ ਮੰਨਦੇ ਸਨ, ਕੋਈ ਐਸਾ ਸਮਾਂ ਸੀਗਾ। ਪਤਾ ਨਹੀਂ ਲੱਗਦਾ ਅੱਜ ਕੱਲ੍ਹ ਲੋਕਾਂ ਦਾ, ਟੂ ਮੱਚ ਓਪਰਚੁਨਿਸਟ ਲੋਕ ਹੋ ਗਏ ਨੇ। ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਹੈ, ਮੈਂ ਕੀ ਲੈਣਾ। ਹੁਣ ਚੱਬੇ ਸਾਹਿਬਵਾਲ ਸਾਹਿਬ ਨੂੰ 3 ਵਾਰੀ ਕਾਂਗਰਸ ਪਾਰਟੀ ਦਾ ਅਸੀਂ ਕੈਂਡੀਡੇਟ ਬਣਾ ਕੇ MLA ਬਣਾਇਆ, ਫਿਰ ਉਹਨਾਂ ਨੂੰ ਅਸੀਂ SC ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ, ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ। ਹੁਣ ਇਸ ਵਾਰੀ ਫਿਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ। ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ, ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟਡ ਕੈਂਡੀਡੇਟਸ ਹੈਗੇ ਨੇ, ਹੋਰ ਵੀ ਚੰਗੇ ਕੋਈ MP ਦਾ ਕੈਂਡੀਡੇਟ ਹੋ ਸਕਦਾ। ਹੁਣ ਇਹ ਤਾਂ ਨਹੀਂ ਹੈ ਕਿ ਵੀ ਚੱਬੇਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਈਏ, ਲੇਕਿਨ ਜਿਸ ਪ੍ਰਕਾਰ ਉਹ ਗਏ ਹੈ, ਮੈਂ ਸਮਝਦਾ ਕਿ ਤੁਹਾਡਾ ਯਕੀਨ ਉੱਠ ਜਾਂਦਾ ਕਿਸੇ ਵੀ ਵਿਅਕਤੀ ਤੋਂ। ਕਾਂਗਰਸ ਪਾਰਟੀ ਤੋਂ, ਇਸ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਹੈ? ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ, ਵਿਧਾਨ ਸਭਾ 'ਚ ਤੁਸੀਂ ਡਿਪਟੀ ਲੀਡਰ ਹੋ, ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ, ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ, ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਹਰਾਸੇ, ਅੱਜ ਗਲਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ। ਮੈਂ ਸਮਝਦਾ ਕਿ ਕਹਿਣਾ ਨਹੀਂ ਚਾਹੀਦਾ, ਮਾਫ਼ੀ ਚਾਹੁੰਦਾ ਕਿ ਲੋਕਾਂ ਨੇ ਸ਼ਰਮ ਤਾਂ ਬਿਲਕੁਲ ਲਾ ਹੀ ਦਿੱਤੀ ਹੈ, ਕਿਵੇਂ ਫੇਸ ਕਰੋਗੇ? ਕੋਈ ਵਿਅਕਤੀ ਅਗਰ ਕੱਲ੍ਹ ਨੂੰ ਮੇਰੇ ਨਾਲ ਕੱਲ੍ਹ ਗੱਲ ਕੀਤੀ ਹੈ ਚੱਬੇਵਾਲ ਸਾਹਿਬ ਨੇ, ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ? ਮੈਂ ਜਨਤਾ ਵਿੱਚ ਕਿਵੇਂ ਜਾਵਾਂਗਾ? ਲੋਕ ਕਹਿਣਗੇ ਯਾਰ ਐਡੇ ਬੇਯਕੀਨੇ ਬੰਦੇ ਹੈ। ਇਸੇ ਕਰਕੇ ਹੌਲੀ ਹੌਲੀ ਰਿਨੀ ਜੀ ਲੋਕਾਂ ਦਾ ਜਿਹੜਾ ਅਖਬਾਰ ਹੈ ਉਹ ਪੋਲੀਟੀਸ਼ੀਅਨਸ ਤੋਂ ਦੂਰ ਹੁੰਦਾ ਜਾ ਰਿਹਾ, ਕਿਉਂਕਿ ਉਹਨੂੰ ਲੱਗਦਾ ਕਿ ਇਹ ਪੋਲੀਟੀਸ਼ੀਅਨ ਜਿਹੜੇ ਬਹੁਤ ਝੂਠੇ ਹੈ, ਕੱਲ੍ਹ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ, ਕੱਲ੍ਹ ਨੂੰ ਕੀ ਕਰ ਲੈਣਗੇ, ਇਹਨਾਂ ਦਾ ਕੋਈ ਅਖਬਾਰ ਨਹੀਂ। ਸੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਆ ਉਹ ਦਿਨ ਬ ਦਿਨ ਗਿਰਦਾ ਜਾ ਰਿਹਾ। ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਗਿਰਿਆ ਨਹੀਂ। ਰਾਜਨੀਤਿਕ ਲੋਕਾਂ ਨੂੰ ਲੋਕ ਰੱਬ ਮੰਨਦੇ ਸਨ, ਕੋਈ ਐਸਾ ਸਮਾਂ ਸੀਗਾ।